ਕਾ ਇਲਾਕੇ ਲਗਾਤਾਰ ਪੈ ਰਿਹਾ ਮੀਂਹ ਜਿੱਥੇ ਲੋਕਾਂ ਲਈ ਗਰਮੀ ਤੋਂ ਰਾਹਤ ਲੈ ਕੇ ਆਇਆ ਹੈ ਉੱਥੇ ਹੀ ਇਹ ਬਾਰਿਸ਼ ਕੁਝ ਲੋਕਾਂ ਲਈ ਆਫਤ ਸਾਬਤ ਹੋ ਰਹੀ ਹੈ ਅਤੇ ਕਰੀਬ ਹਫ਼ਤੇ ਭਰ ਤੋਂ ਲਗਾਤਾਰ ਚੱਲਣ ਵਾਲੀ ਬਾਰਿਸ਼ ਦੇ ਚੱਲਦਿਆਂ ਬੋਹਰ ਦੇ ਕੈਲਾਸ਼ ਨਗਰ ਮੁਹੱਲਾ ਅਤੇ ਟਾਣੀ ਸੁੱਚਾ ਸਿੰਘ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਆਲਮ ਇਹ ਹੈ ਕਿ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਤੱਕ ਮੁਸ਼ਕਲ ਹੋ ਚੁੱਕਿਆ ਹੈ ਪਾਣੀ ਦੀ ਨਿਕਾਸੀ ਪ੍ਰਸ਼ਾਸਨ ਵੱਲੋਂ ਨਾ ਕੀਤੇ ਜਾਣ ਦੇ ਚੱਲਦਿਆਂ ਗੁੱਸੇ ਵਿੱਚ ਆਏ ਮੁਹੱਲਾ ਨਿਵਾਸੀਆਂ ਨੇ ਅਬੋਹਰ ਦੀ ਸੀਤੋ ਰੋਡ ਜਾਮ ਕਰ ਸੂਬਾ ਸਰਕਾਰ ਖਿਲਾਫ਼ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਉਹਨਾਂ ਦੇ ਇਲਾਕੇ 'ਚ ਲਗਾਤਾਰ ਪਾਣੀ ਜਮ੍ਹਾਂ ਹੋ ਰਿਹਾ ਹੈ ਜਿਸ ਨੂੰ ਕੱਢਣ ਲਈ ਉਹਨਾਂ ਨੂੰ ਪ੍ਰਸ਼ਾਸਨ ਕੋਲ ਕਈ ਵਾਰ ਗੁਹਾਰ ਲਗਾਈ ਹੈ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਇਸ ਪਾਣੀ ਨਾਲ ਉਹਨਾਂ ਦੀ ਫਸਲਾਂ ਵੀ ਖਰਾਬ ਹੋ ਰਹੀਆਂ ਹਨ ਨਾਲ ਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਣੀ ਕਾਰਨ ਉਹਨਾਂ ਦੇ ਘਰਾਂ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ 28/2020 ਨੂੰ ਆਇਆ ਉਸ ਦਿਨ ਤੋਂ ਰੋਜ਼ ਦੀ 6 ਇੰਚ ਵੱਧਦਾ ਹੈਗਾ ਅੱਜ ਲਗਭਗ 6-6.5 ਫੁੱਟ ਪਾਣੀ ਹੈਗਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਘਰ ਡੁੱਬੇ ਹੋਏ ਆ ਬਹੁਤ ਜ਼ਿਆਦਾ ਫਸਲਾਂ ਡੁੱਬੀਆਂ ਹੋਈਆਂ ਅਤੇ ਅਸੀਂ ਅੱਜ ਪਹਿਲਾਂ ਵੀ ਧਰਨਾ ਲਾਇਆ ਸੀ ਉਦੋਂ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੀ ਅੱਖਾਂ ਪੁੰਝੀਆਂ ਸੀਗੀਆਂ ਅੱਜ ਫਿਰ ਧਰਨਾ ਲਾਇਆ ਹੈ ਇਸ ਕਾਰਨ ਹੁਣ ਅੱਖਾਂ ਪੁੰਝਣ ਵਾਸਤੇ ਆਈ ਹੈ ਪਰ ਪਾਣੀ ਨਹੀਂ ਕੱਢਿਆ 1 ਇੰਚ ਕੱਢਿਆ ਹੋਵੇ ਤਾਂ ਰੋਜ਼ ਦੀ 6 ਇੰਚ ਵੱਧਦਾ ਹੈ ਕੱਢਣ ਦੀ ਥਾਂ ਵੱਧਦਾ ਹੈਗਾ ਪਰ ਇਹਨਾਂ ਨੇ ਪੰਪ ਲਾ ਰੱਖੇ ਇਹਨਾਂ ਨਾਲੋਂ ਤਾਂ ਬਲਦ ਜਿਹੜੇ ਮੂਤਦੇ ਨਾ ਉਹ ਜ਼ਿਆਦਾ ਮੂਤਦੇ ਗਏ ਬਲਦ ਮੂਤਣੇ ਲਾ ਰੱਖੇ ਇਹਨਾਂ ਨੇ 5-6 ਉਹਨਾਂ ਤੋਂ ਨਾ ਤਾਂ ਪਾਣੀ ਨਿਕਲਦਾ ਹੈ ਨਾ ਕੋਈ ਸਾਡਾ ਅਥਰੂ ਪੂੰਝੇ ਹੈਗੇ ਸਾਰਿਆਂ ਨੇ ਐਂ ਕਰਕੇ ਅਥਰੂ ਪੂੰਝ ਕੇ ਤਾਂ ਚਲੇ ਜਾਂਦੇ ਹੈ ਅਤੇ ਰੋਜ਼ ਦੀ ਅੱਜ 15 ਦਿਨ ਹੋ ਗਏ 15 ਦਿਨਾਂ ਦੇ ਵਿੱਚ ਕੋਈ ਇਹਨਾਂ ਨੇ 1 ਇੰਚ ਪਾਣੀ ਨਹੀਂ ਕੱਢਿਆ ਗਿਆ ਸੰਗੋ ਵਧਿਆ ਗਿਆ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਅਤੇ ਇੱਥੇ ਸੈਂਕੜਾਂ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਬੰਜਰ ਹੋ ਚੁੱਕੀ ਹੈ ਸਾਹਮਣੇ ਦਿਖਾਈ ਦੇ ਰਹੇ ਗਏ ਅੱਜ ਧਰਨਾ ਲਾਇਆ ਧਰਨਾ ਦੇ ਵਿੱਚ ਹੁਣ ਪੁਲਿਸ ਆਈ ਹੈ ਪੁਲਿਸ ਆ ਕੇ ਅਤੇ ਕਹਿੰਦੀ ਹੈ ਕਿ ਤੁਸੀਂ ਧਰਨਾ ਚੱਕੋ ਧਰਨਾ ਨਹੀਂ ਚੱਕਦੇ ਅਸੀਂ ਇਸ ਕਾਰਨ ਘੱਟੋ ਘੱਟ 1000 ਘਰ ਬਰਬਾਦ ਹੋਏ ਸਾਰੇ ਮੇਰਾ ਵੀ ਘਰ ਖਤਮ ਹੋ ਗਿਆ ਸਾਰਿਆਂ ਦੇ ਇਹ ਸਾਹਮਣੇ ਹੈਗੇ ਪਾਣੀ ਦੇ ਵਿੱਚ ਘਰ ਹੈਗੇ ਬਹੁਤ ਜ਼ਿਆਦਾ ਪਾਣੀ ਆ ਗਿਆ ਇੱਥੇ 2014 ਤੋਂ ਬਾਅਦ ਏਤਕੀ ਪਾਣੀ ਹੈ ਇਹ ਉਸ ਤੋਂ 1.5 ਗੁਣਾ ਜ਼ਿਆਦਾ ਹੈਗਾ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡਾ ਇਹ ਪਾਣੀ ਨਿਕਲਿਆ ਜਾਵੇ ਅਤੇ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਮਕਾਨ ਫਟੇ ਹੈ ਜਿਨ੍ਹਾਂ ਦੇ ਮਕਾਨ ਡਿੱਗੇ ਹੈ ਗਰੀਬ ਘਰ ਤੋਂ ਬੇਘਰ ਹੋਏ ਉਹਨਾਂ ਵਾਸਤੇ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਕੋਲੋਂ ਇਹ ਮੰਗ ਕੀਤੀ ਜਾਂਦੀ ਹੈ ਪਾਣੀ ਦਿੱਕਤ ਆਈ ਹੈ ਜੀ ਬਹੁਤ ਅੰਦਰ ਪਾਣੀ ਵੜ ਗਿਆ ਘਰਾਂ 'ਚ ਘਰ ਡਿੱਗ ਪਏ ਨਿੱਕੇ ਨਿੱਕੇ ਬੱਚੇ ਗਏ ਭੁੱਖੇ ਤਿੱਸੇ ਇੱਥੇ ਆ ਕੇ ਧਰਨਾ ਲਾਇਆ ਤੜਕੇ ਦੇ ਬੈਠੇ ਹਾਂ ਕੋਈ ਸੁਣਾਈ ਨਹੀਂ ਹੋਈ ਕੋਈ ਸਵੇਰ ਦੇ ਆਏ ਬੈਠੇ ਆਉਂਦੇ ਨੱਥੂ ਰਾਮ ਆ ਗਿਆ ਨੱਥੂ ਰਾਮ ਨੂੰ ਵੋਟ ਪਾ ਦਿਓ ਹੁਣ ਨੱਥੂ ਕੁੱਤਾ ਕਿੱਥੇ ਗਿਆ ਹੁਣ ਨੱਥੂ ਕੁੱਤਾ ਆਉਂਦਾ ਨਹੀਂ ਸਾਨੂੰ ਬਚਾਉਣ ਨੂੰ ਅਸੀਂ ਮਰੀ ਜਾਂਦੇ ਹਾਂ ਬੱਚੇ ਡੁੱਬੀ ਜਾਂਦੇ ਬੱਚਿਆਂ ਧੋਣ ਤੱਕ ਪਾਣੀ ਆਉਂਦਾ ਹੈ ਘਰਾਂ 'ਚ ਪਸ਼ੂ ਖੁੱਭ ਗਏ ਸਾਡੇ ਸਾਡਾ ਕੋਈ ਹਾਲ ਨਹੀਂ ਸਾਡੀ ਸੁਣਾਈ ਨਹੀਂ ਹੋ ਗਈ 1-15 ਦਿਨ ਹੋ ਗਏ ਸਾਡੇ ਪਾਣੀ ਆਏ ਨੂੰ ਅਜੇ ਸਾਡੀ ਕੋਈ ਸੁਣਾਈ ਨਹੀਂ ਹੋਈ ਇਹ ਨੱਥੂ ਰਾਮ ਆ ਗਿਆ ਉਹ ਆ ਗਏ ਉਹਨੂੰ ਸਰਪੰਚ ਬਣਾ ਦਿਓ ਉਹ ਨੱਥੂ ਰਾਮ ਨੂੰ MLA ਬਣਾ ਦਿਓ ਸਾਡੀ ਅੱਜ ਕੋਈ ਸੁਣਾਈ ਕਰੇ ਅੱਜ ਸਾਡੇ ਕੋਲ ਕੋਈ ਨਹੀਂ ਆਉਂਦਾ ਸਾਡੀ ਕੋਈ ਸੁਣਾਈ ਨਹੀਂ ਹੈ ਕੋਈ ਸੁਣਾਈ ਅਸੀਂ ਜਮ੍ਹਾਂ ਮਿੱਟੀਓਂ ਪਹਿਲੇ ਹੋ ਗਏ ਸਰ ਜੀ ਆਪਣੇ ਪਾਣੀ ਆਉਣ ਦੇ ਕਾਰਨ ਨਾਲ ਧਰਨਾ ਲਾਤਾ ਗਿਆ ਵੀ ਇਹ ਪਾਣੀ ਕੋਈ ਨਿਕਲਦਾ ਨਹੀਂ ਹੈ ਸਾਰੀ ਰਾਤ ਨੂੰ ਮੋਟਰਾਂ ਬੰਦ ਕਰ ਦਿੰਦੇ ਆ ਦਿਨੇ ਮਤਲਬ ਕਿ ਚਲਾ ਲੈਂਦੇ ਹੈਗੇ ਆ ਇਸ ਕਰਕੇ ਮਤਲਬ ਕਿ ਪਾਣੀ ਜਮ੍ਹਾਂ ਹੀ ਨਹੀਂ ਕਰ ਰਿਹਾ ਦਿਨੋਂ ਦਿਨ ਵਧੀ ਜਾ ਰਿਹਾ ਹੈਗਾ ਅਤੇ ਬਾਈਪਾਸ ਦੇ ਉੱਤੇ ਉੱਤੋਂ ਦੀ ਟੱਪਦਾ ਗਿਆ ਅਤੇ ਉਹਨਾਂ ਨੇ ਵੱਟ ਲਾਤੀ ਹੈ ਵੀ ਪਰਲੇ ਪਾਸੇ ਨਾ ਟੱਪੇ ਸ਼ਹਿਰ ਵਾਲੇ ਪਾਸੇ ਅਤੇ ਇੱਧਰ ਸਾਡੇ ਵਾਲੇ ਪਾਸੇ ਸਾਰਾ ਵੱਧ ਗਿਆ ਹੈਗਾ ਅੰਦਰ ਪਾਣੀ ਵੱਧ ਚੁੱਕਿਆ ਘਰਾਂ ਦੇ ਵਿੱਚ ਇਸ ਕਰਕੇ ਅਸੀਂ ਸਾਰੇ ਮਤਲਬ ਕਿ ਇੱਥੇ ਛੱਡ ਕੇ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਇਸ ਕਰਕੇ ਮਤਲਬ ਸਾਡੇ ਮੁਕਾਮ ਵੀ ਫਟ ਚੁੱਕੇ ਆ ਸਰ ਜੀ ਕੋਈ ਸੁਣਾਈ ਨਹੀਂ ਕੀਤੀ ਹੈ ਪਹਿਲਾਂ ਅਸੀਂ ਪਾਣੀ ਮਤਲਬ ਕਿ ਪੁਲੀ ਤੋੜੀ ਸੀਗੀ ਇੱਕ ਵਾਰੀ ਉਸ ਤੋਂ ਬਾਅਦ ਉਹਨਾਂ ਨੇ ਕੀ ਥੋੜ੍ਹੀ ਮੋਟੀ ਸੁਣਾਈ ਜ਼ਰੂਰ ਕੀਤੀ ਸੀਗੀ ਵੀ ਆਪਣੇ 4 ਟਰੈਕਟਰ ਲਾਤੇ ਸੀਗੇ ਅਤੇ ਉਸ ਨਾਲ ਸਾਡਾ ਕੋਈ ਨਹੀਂ ਮਤਲਬ ਪਾਣੀ ਦਾ ਫਰਕ ਪੈਂਦਾ ਪਿਆ ਗੱਲ ਕੀ ਹੋਈ ਜੀ ਪਾਣੀ ਵਾਧੂ ਆਇਆ ਖੜਾ ਸਾਰੇ ਘਰ ਸਾਡੇ ਡੁੱਬੇ ਪਏ ਆ ਅੱਗੇ ਬੰਨੇ ਲਾ ਰੱਖੇ ਆ ਸੜਕਾਂ 'ਤੇ ਇਹਨਾਂ ਨੇ ਜਿੱਥੇ ਟੁੱਟਿਆ ਉੱਥੇ ਤਾਂ ਬੰਨੇ ਲਾਉਂਦੇ ਨਹੀਂ ਜਿੱਥੇ ਹੈਗਾ ਟੱਪਦਾ ਪਾਣੀ ਉੱਥੇ ਬੰਨੇ ਲਾ ਛੱਡੇ ਆਪਦੇ ਤਾਂ ਸੇਫਟੀ ਕਰ ਲਈ ਅਤੇ ਸਾਡੇ ਘਰਾਂ ਦੀ ਕੌਣ ਕਰੂਗਾ ਜਦੋਂ ਵੋਟ ਲੈਣੇ ਆਉਂਦੇ ਕੋਈ MLA ਕੋਈ ਆਉਂਦਾ ਉਦੋਂ ਤਾਂ ਸਾਡੇ ਘਰਾਂ 'ਚ ਪੈਰ ਆ ਕੇ ਰੱਖਦੇ ਆ ਇਹ ਕਹਿੰਦੇ ਵੀ ਅਸੀਂ ਇਹ ਕਰ ਦਾਂਗੇ ਜੋ ਕਰਦੇ ਹਾਂ ਹੁਣ ਕੀ ਕਰਨਾ ਉਹਨਾਂ ਨੇ
ਸਵੇਰਾ ਪੰਜਾਬ ਲਈ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 9947 84374 9948। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।